ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੀ ਆਪਾਂ ਘੱਲ ਖੁਰਦ ਨਹਿਰਾਂ ਦੇ ਪੁਲ ਦੇ ਉੱਤੇ ਇੱਕ ਮੋਰਚਾ ਵਿੱਢਿਆ ਹੋਇਆ ਜਿਹਨੂੰ ਆਪਾਂ ਜੰਗ ਪਾਣੀਆਂ ਦਾ ਮੁਦਕੀ ਮੋਰਚੇ ਦਾ ਨਾਂ ਦਿੱਤਾ ਹੈਗਾ। ਮੁਦਕੀ ਮੋਰਚਾ ਇਸ ਕਰਕੇ ਕਿਉਂਕਿ ਇੱਥੋਂ ਹੀ ਸਿੱਖਾਂ ਦੀ ਪਹਿਲੀ ਹਾਰ ਸ਼ੁਰੂ ਹੋਈ ਸੀ ਤਾਂ ਆਪਾਂ ਇੱਥੋਂ ਹੀ ਮੋੜਾ ਪਾਉਣਾ ਚਾਹੁੰਦੇ ਹਾਂ ਅਤੇ ਇਹ ਜਿਹੜਾ ਪਾਣੀਆਂ ਦੀ ਆਪਣੀ ਲੁੱਟ ਹੋ ਰਹੀ ਆ ਉਹਦਾ ਵਿਰੋਧ ਕਰ ਰਹੇ ਹਾਂ ਇੱਥੇ ਅਤੇ ਕੁਛ ਆਪਾਂ ਮਤੇ ਪਾਏ ਵੀ ਆ ਜਿਨ੍ਹਾਂ ਵਿੱਚੋਂ ਰਾਜਸਥਾਨ ਫੀਡਰ ਨੂੰ ਕੰਕਰੀਟ ਨਹੀਂ ਹੋਣ ਦੇਣਾ ਅਤੇ ਉੱਥੇ ਵਿੱਚ ਪਲਾਸਟਿਕ ਸ਼ੀਟ ਨਹੀਂ ਪੈਣ ਦੇਣੀ। ਇਸ ਕਰਕੇ ਆਪਾਂ ਇੱਕ ਵਿਸ਼ਾਲ ਇਕੱਠ ਕੱਲ੍ਹ ਰੱਖਿਆ ਹੋਇਆ ਜਿਹਦੇ ਵਿੱਚ ਉੱਘੀਆਂ ਸ਼ਖਸੀਅਤਾਂ ਇੰਟਲੈਕਚੁਅਲਸ ਬੁੱਧੀਜੀਵੀ ਨੇਤੇ ਜਿਹੜੇ ਪੰਜਾਬ ਦੀ ਹੱਕ ਦੀ ਲੋਕ ਗੱਲ ਕਰਦੇ ਆ ਗਾਇਕ ਉਹ ਪਹੁੰਚ ਰਹੇ ਆ। ਮੈਂ ਇਲਾਕੇ ਦੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਅਤੇ ਸਮੂਹ ਪੰਜਾਬੀਆਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਹੁੰਮ ਹੁਮਾ ਕੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੋ ਤਾਂ ਕਿ ਸਰਕਾਰ ਨੂੰ ਸਟੇਟ ਦੀ ਸਰਕਾਰ ਨੂੰ ਸੂਬਾ ਸਰਕਾਰ ਨੂੰ ਅਤੇ ਕੇਂਦਰ ਦੀ ਸਰਕਾਰ ਨੂੰ ਇੱਕ ਸੁਨੇਹਾ ਦੇ ਦਿੱਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੀ ਆਪਾਂ ਘੱਲ ਖੁਰਦ ਨਹਿਰਾਂ ਦੇ ਪੁਲ ਦੇ ਉੱਤੇ ਇੱਕ ਮੋਰਚਾ ਵਿੱਢਿਆ ਹੋਇਆ ਜਿਹਨੂੰ ਆਪਾਂ ਜੰਗ ਪਾਣੀਆਂ ਦਾ ਮੁਦਕੀ ਮੋਰਚੇ ਦਾ ਨਾਂ ਦਿੱਤਾ ਹੈਗਾ। ਮੁਦਕੀ ਮੋਰਚਾ ਇਸ ਕਰਕੇ ਕਿਉਂਕਿ ਇੱਥੋਂ ਹੀ ਸਿੱਖਾਂ ਦੀ ਪਹਿਲੀ ਹਾਰ ਸ਼ੁਰੂ ਹੋਈ ਸੀ ਤਾਂ ਆਪਾਂ ਇੱਥੋਂ ਹੀ ਮੋੜਾ ਪਾਉਣਾ ਚਾਹੁੰਦੇ ਹਾਂ ਅਤੇ ਇਹ ਜਿਹੜਾ ਪਾਣੀਆਂ ਦੀ ਆਪਣੀ ਲੁੱਟ ਹੋ ਰਹੀ ਆ ਉਹਦਾ ਵਿਰੋਧ ਕਰ ਰਹੇ ਹਾਂ ਇੱਥੇ ਅਤੇ ਕੁਛ ਆਪਾਂ ਮਤੇ ਪਾਏ ਵੀ ਆ ਜਿਨ੍ਹਾਂ ਵਿੱਚੋਂ ਰਾਜਸਥਾਨ ਫੀਡਰ ਨੂੰ ਕੰਕਰੀਟ ਨਹੀਂ ਹੋਣ ਦੇਣਾ ਅਤੇ ਉੱਥੇ ਵਿੱਚ ਪਲਾਸਟਿਕ ਸ਼ੀਟ ਨਹੀਂ ਪੈਣ ਦੇਣੀ। ਇਸ ਕਰਕੇ ਆਪਾਂ ਇੱਕ ਵਿਸ਼ਾਲ ਇਕੱਠ ਕੱਲ੍ਹ ਰੱਖਿਆ ਹੋਇਆ ਜਿਹਦੇ ਵਿੱਚ ਉੱਘੀਆਂ ਸ਼ਖਸੀਅਤਾਂ ਇੰਟਲੈਕਚੁਅਲਸ ਬੁੱਧੀਜੀਵੀ ਨੇਤੇ ਜਿਹੜੇ ਪੰਜਾਬ ਦੀ ਹੱਕ ਦੀ ਲੋਕ ਗੱਲ ਕਰਦੇ ਆ ਗਾਇਕ ਉਹ ਪਹੁੰਚ ਰਹੇ ਆ। ਮੈਂ ਇਲਾਕੇ ਦੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਅਤੇ ਸਮੂਹ ਪੰਜਾਬੀਆਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਹੁੰਮ ਹੁਮਾ ਕੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੋ ਤਾਂ ਕਿ ਸਰਕਾਰ ਨੂੰ ਸਟੇਟ ਦੀ ਸਰਕਾਰ ਨੂੰ ਸੂਬਾ ਸਰਕਾਰ ਨੂੰ ਅਤੇ ਕੇਂਦਰ ਦੀ ਸਰਕਾਰ ਨੂੰ ਇੱਕ ਸੁਨੇਹਾ ਦੇ ਦਿੱਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।